ਐਵੇਂ ਲੋਕ ਰਹਿੰਦੇ ਚੰਗੇ ਦਿਨ ਉਡੀਕਦੇ, ਚੰਗੇ ਦਿਨ ਮਿੱਤਰਾਂ ਲਿਆਉਣੇ ਪੈਂਦੇ ਨੇ, ਚੰਗੇ ਦਿਨ ਹੀ ਲਿਆਉਣੇ ਪੈਂਦੇ ਨੇ, ਆਪਦੀ ਮਿਹਨਤ ਸਦਕਾ ਆਉਂਦੇ ਨੇ ਚੰਗੇ ਦਿਨ। ਜੀ ਆਪਦੀ ਮਿਹਨਤ ਕਰੋ ਤਾਂ ਚੰਗੇ ਦਿਨ ਜ਼ਰੂਰ ਆਉਣਗੇ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਹੁਣ ਫਿਰ ਆਏ ਆਪਾਂ ਖੇਤ ਹੀ, ਅਤੇ ਤੁਹਾਨੂੰ ਇੱਕ ਘੈਂਟ ਚੀਜ਼ ਦਿਖਾਉਣਾ ਗਾ ਮੈਂ। ਆਹ ਦੇਖੋ ਜੀ ਟੈਂਪੂ, ਪੂਰਾ ਘੈਂਟ ਚੀਜ਼ ਹੈ ਜੀ ਇਹ। ਕੱਚ ਕੱਚ ਕਰਦਾ ਉੱਡਦਾ ਆ ਜਾਂਦਾ, ਬਸ ਇਹ ਰੁਕਦਾ ਨਹੀਂ ਹੈਗਾ। ਇਹ ਕੱਖਾਂ ਨੇ ਉਹਨੂੰ ਰੱਖਿਆ ਹੋਇਆ ਜੀ ਨੇ ਸਪੈਸ਼ਲ, ਅਤੇ ਉਹਨੂੰ ਲੈ ਕੇ ਚੱਲਦੇ ਅੱਗੇ ਖੇਤ। ਸਵੇਰੇ ਦਾ ਟਾਈਮ ਆ ਜੀ, ਅਤੇ ਹੁਣ ਦੇਖੋ ਗਰਮੀਆਂ 'ਚ ਸਵੇਰੇ ਸਵੇਰੇ ਧੁੱਪ ਵਾਲੀ ਤੇਜ਼ ਹੋ ਜਾਂਦੀ ਹੈ ਜੀ। 7:30 ਦਾ ਟਾਈਮ ਆ, ਧੁੱਪ ਦੇਖੋ ਕਿੰਨੀ ਤੇਜ਼ ਹੋ ਗਈ। ਅਤੇ ਆਪਾਂ ਇਹ ਮਸ਼ੀਨ ਵੱਢਣ ਲੱਗ ਰਿਹਾ, ਇੱਧਰ ਕੱਖ ਵੱਢਣ ਲੱਗ ਰਹੇ ਜੀ। ਅਤੇ ਆਹ ਜਿਹੜਾ ਵੱਢਣ ਲੱਗ ਰਿਹਾ ਹੈਗਾ, ਇਹ ਜਿਹੜਾ ਤੁਹਾਨੂੰ ਕੱਲ੍ਹ ਲਾਡੀ ਦਿਖਾਈ ਸੀ ਉਹਦਾ ਭਾਈ ਹੈਗਾ, ਅਤੇ ਇੱਧਰ ਇਹ ਮੇਰੇ ਵੱਡੇ ਮਾਮੇ ਦਾ ਮੁੰਡਾ ਖੜਿਆ ਹੈਗਾ, ਇਹਦਾ ਨਾਂ ਦੀਪ ਹੈਗਾ। ਅਤੇ ਇੱਧਰ ਆਪਣੀ ਕਣਕ ਵੱਢਣ ਲੱਗ ਰਹੇ ਨੇ, ਉਹ ਪਿੱਛੇ ਕਿਰਪਾਇਆ ਚੱਲਣ ਲੱਗ ਰਹੀ ਹੈਗੀ, ਇਹ ਤੁਹਾਨੂੰ ਦਿਖਦਾ ਨਹੀਂ ਹੈਗਾ ਮੇਰੇ ਸਾਹਮਣੇ, ਪਰ ਪਿੱਛੇ ਉਹ ਕਿਰਪਾਇਆ ਚੱਲਣ ਲੱਗ ਰਹੀ ਹੈਗੀ। ਉੱਥੇ ਵੀ ਅੱਜ ਫਿਰ ਕਣਕ ਵੱਢ ਰਹੇ ਨੇਗੇ, ਅਤੇ ਤੁਹਾਨੂੰ ਫਿਰ ਉੱਥੇ ਲੈ ਕੇ ਚੱਲਦੇ ਹਾਂਗੇ। ਅਤੇ ਹੁਣ ਆਪਾਂ ਕੱਖ ਪਹਿਲਾਂ ਵੱਢ ਲਈਏ, ਫਿਰ ਉੱਥੇ ਚੱਲਾਂਗੇ। ਬਈ ਕੱਖ ਵੱਢ ਲਏ ਸੀਗੇ, ਉਹ ਬਾਗੇ ਪਿੰਡ, ਅਤੇ ਆਪਾਂ ਜਾ ਰਹੇ ਹਾਂ ਹੁਣ ਉਹ ਕਰਪੈਨ ਲਵੇ। ਅੱਜ ਮੇਰੇ ਸਾਨੂੰ ਅੱਜ ਸਾਰੀ ਕਿਲੇ ਵੱਢ ਲੈਣੇ ਨੇਗੇ, ਅੱਜ ਨਮੇੜਦੇ ਹਾਂ, ਫਿਰ ਤੂੜੀ ਵਾਲੀ ਚਲਾ ਦਾਂਗੇ। ਅਤੇ ਹੁਣ ਮੈਂ ਵੱਟ ਵੱਟ ਤੁਰਿਆ ਜਾਂਦਾਗਾ ਜੀ, ਅਤੇ ਉਹ ਲੱਗ ਰਹੀ ਹੈ ਕਰਪੈਨ, ਪਸ਼ੂ ਨੂੰ ਖੜਕਾ ਸੁਣ ਰਿਹਾ ਹੋਵੇ। ਚਲੋ ਜੀ ਅੱਗੇ, ਅਤੇ ਉਹ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਤੇ ਨੱਚ ਬੱਲੀਏ। ਅਤੇ ਆਪਾਂ ਅੱਜ ਦੂਜੇ ਪਾਸੇ ਜਿਹੜੇ ਕੱਲ੍ਹ ਵੱਡੇ ਸੀਗੇ ਕੀਲੇ, ਉਹ ਹੋਰ ਕਿਸੇ ਦੀਗੇ, ਅੱਜ ਇਹ ਹੋਰ ਕਿਤੇ ਨੇਗੇ। ਅਤੇ ਹੁਣ ਤੁਹਾਨੂੰ ਕਿਰਪੈਨ 'ਤੇ ਵੀ ਲੈ ਕੇ ਚੱਲਾਂਗੇ ਆਪਾਂ, ਹੁਣ ਚੱਲਦੇ ਹਾਂ ਆਪਾਂ ਕਿਰਪੈਨ 'ਤੇ। ਅਤੇ 2000 ਕੀਲੇ ਰਹਿ ਗਏ ਹੁਣੇ ਵੇਖ ਲਾ, ਹੁਣ ਤਾਂ ਵੱਟ ਲਾਂਗੇ, ਫਿਰ ਅੱਜ ਤੂੜੀ ਵਾਲੀ ਚਲਾ ਦੇਣੀ। ਕਿਰਪੈਨ ਉੱਤੇ ਖੜੇ ਹੈਗੇ ਜੀ, ਤੁਹਾਨੂੰ ਬਾਤ ਸ਼ਾਇਦ ਹੀ ਸੁਣ ਰਹੀ ਹੋਵੇ, ਖੜਕਾ ਬਹੁਤ ਜ਼ਿਆਦਾ ਹੈਗਾ। ਇੱਧਰ ਲਾਡੀ ਲਾਡੀ ਆਪਣਾ, ਅਤੇ ਕਰਦਾ ਟੈਂਕ ਖਾਲੀ ਦੇਖ।
ਆਪਾਂ ਨੇ ਰੋਟੀ ਖਾ ਲਈ ਜੀ ਤੇ ਉਹ ਬਾਹਰੇ ਤਾਂ ਜੀ ਬਹਿ ਕੇ ਖਾਧੀ ਕਿਰਪਾ ਚੱਲ ਰਹੀ ਸੀਗੀ ਗਰਦਾ ਆਈ ਜਾਂਦਾ ਸੀਗਾ ਤੇ ਹਵਾ ਵੀ ਚੱਲ ਰਹੀ ਸੀ ਇੱਧਰ ਬੈਠਿਆ ਮੇਰਾ ਮਾਮਾ ਤੇ ਇਹਨੂੰ ਵੀ ਮੈਂ ਵਲੋਗ 'ਤੇ ਸਪੈਸ਼ਲ ਲੈ ਕੇ ਆਇਆ ਮੇਰੇ ਮਾਮੇ ਨੂੰ ਅਤੇ ਇੱਕ ਇੱਧਰ ਖੜਿਆ ਸੀ ਮੇਰਾ ਮਾਮਾ ਉਹ ਖੜੇ ਉਹ ਚਾਨਣ ਜੇ ਕਰਕੇ ਦੇਖ ਨਹੀਂ ਰਿਹਾ ਬਾਅਦ 'ਚ ਦਿਖਾਵਾਂਗੇ ਅਤੇ ਬਾਕੀ ਇੱਥੇ ਇਹ ਡਰਾਈਵਰ ਬੈਠੇ ਰੋਟੀ ਖਾ ਰਹੇ ਨੇਗੇ ਅਤੇ ਹੁਣ ਅੱਗੇ ਤੁਹਾਨੂੰ ਬਾਰੇ ਦਿਖਾਉਣੇ ਆਗੇ ਅਤੇ ਜਿੱਥੇ ਲੈ ਕੇ ਆਵਾਂਗੇ ਟਰਾਲੀ ਉਹ ਵੀ ਦਿਖਾਵਾਂਗੇ ਅਤੇ ਫਿਰ ਆਪਾਂ ਉੱਥੇ ਮਿਲਾਂਗੇ ਤੇ ਜਿਹੜਾ ਮੇਰਾ ਇਹ ਮਾਮਾ ਹੈਗਾ ਇਹ ਸਿਮਰੇ ਹੋਰ ਦਾ ਡੈਡੀ ਹੈਗਾ ਤੁਹਾਨੂੰ ਸਿਮਰੇ ਹੋਰ ਵੀ ਦਿਖਾਵਾਂਗੇ ਕੌਣ ਆ ਮਾਮਾ ਫਿਰ ਤੂੰ ਕਦੋਂ ਵੱਢੇਗਾ ਕਣਕ ਤੇ ਕੱਲ੍ਹ ਵੱਢੂਗਾ ਮੇਰਾ ਮਾਮਾ ਕਣਕ ਅਤੇ ਕੱਲ੍ਹ ਨੂੰ ਫਿਰ ਆਪਾਂ ਇਹਨਾਂ ਦੇ ਖੇਤ ਚੱਲਾਂਗੇ ਅਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਉੱਥੇ ਵੀ ਆਪਾਂ ਫਿਰ ਕਿਰਪਾ ਅਤੇ ਵਧੀਆ ਲਵਾਂਗੇ ਉੱਥੇ ਨਜ਼ਾਰੇ ਨਾਲ ਵੱਢਾਂਗੇ ਕਣਕ ਅਤੇ ਜਿਹੜੀਆਂ ਰੋਟੀਆਂ ਲੈ ਕੇ ਆਏ ਸੀਗੇ ਉਹਨਾਂ 'ਚੋਂ ਕੁਝ ਬਚ ਗਈਆਂ ਨੇ ਅਤੇ ਇੱਥੇ ਫਿਰਦੇ ਸੀਗੇ ਇਹਨਾਂ ਨੂੰ ਆਪਾਂ ਪਾਉਣੇ ਰੋਟੀਆਂ ਆਇਆ ਖਾਓ ਕਿੰਨੇ ਵਧੀਆ ਇਹ ਉਹ ਕੈਚ ਕਰ ਲਈ ਆ ਦੇ ਆਵਾਜ਼ ਕਰੋ ਚਾਹ ਆ ਗਈ ਤੇ ਬੈਠੇ ਹੁਣ ਚਾਹ ਪੀਣ ਲੱਗ ਰਿਹਾ ਚਾਹ ਪੀਣ ਲੱਗ ਰਿਹਾ ਹੈ ਚਾਹ ਦਾ ਲਈਏ ਨਜ਼ਾਰਾ ਖੇਤ ਬਹਿ ਕੇ ਠੰਡੀ ਠੰਡੀ ਹਵਾ ਗੀ ਅਤੇ ਵਧੀਆ ਚਾਹ ਸਵਾਦ ਦੀ ਅਤੇ ਮਤਲਬ ਇੰਜੋਏ ਤੁਹਾਨੂੰ ਬੁਲਾਉਣਾ ਜੀ ਆਪਣੇ ਡਰਾਈਵਰ ਨਾਲ ਅਤੇ ਆਹ ਦੀ ਆਪਣਾ ਡਰਾਈਵਰ ਨਾਲ ਹੈਗਾ ਅਤੇ ਆਹ ਬਾਈ ਤੋਂ ਪੁੱਛਦੇ ਇਹਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਯਾਰ ਤੈਨੂੰ ਕੰਮ ਕਰਦੇ ਨੂੰ ਹੋ ਗਏ ਬਾਈ 10 ਸਾਲ 10 ਸਾਲ ਹੋ ਗਏ ਬਾਈ ਕਹਿੰਦਾ ਅਤੇ ਬਾਹਰੇ ਬੂਹਰੇ ਵੀ ਜਾਂਦੇ ਰਹੋਗੇ ਜਾਈਦਾ ਬਾਈ ਸਾਰੇ ਪਾਸੇ ਕਿਸੇ ਐਮ ਪੀ ਉਮ ਪੀ ਕਣੀ ਐਮ ਪੀ ਇੱਧਰ ਅੰਬਰ ਉਂਬਰ ਸਰ ਕਣੀ ਅੰਬਰਸਰ ਵੀ ਜਾਈਦਾ ਅੰਬਰਸਰ ਵੀ ਜਾਂਦਾ ਤੂੜੀ ਵੀ ਤੂੜੀ ਦਾ ਡਰਾਈਵਰ ਹੈਗਾ ਵੀ ਤੂੜੀ ਵਾਲੀ ਮਸ਼ੀਨ ਦਾ ਤੂੜੀ ਵਾਲੀ ਮਸ਼ੀਨ ਦਾ ਵੀ ਡਰਾਈਵਰ ਆ ਦੇਖੋ ਬਾਈ ਕਿਰਪੈਨ ਦਾ ਵੀ ਪੂਰਾ ਯਾਰ ਮੈਂ ਦੇਖਿਆ ਯਾਰ ਪੂਰਾ ਸਿਰਾ ਡਰਾਈਵਰ ਆ ਬਾਈ ਅਤੇ ਵਧੀਆ ਪੜਦਾ ਯਾਰ ਅਤੇ ਹੁਣ ਇਹ ਚਾਹ ਰੋਟੀ ਖਾਣ ਆਇਆ ਸੀਗਾ ਰੋਟੀ ਰਾਟੀ ਖਾ ਕੇ ਦਮ ਲੈ ਕੇ ਚਾਹ ਪਾਣੀ ਪੀ ਕੇ ਹੁਣ ਇਹ ਦੁਬਾਰਾ ਤੋਂ ਚੱਲਿਆ ਗਾ ਅਤੇ ਫਿਰ ਆਪਾਂ ਬਾਈ ਨਾਲ ਚੜ੍ਹਦੇ ਹਾਂ ਕਿਰਪੈਨ 'ਤੇ ਅਤੇ ਲਵਾਂਗੇ ਨਜ਼ਾਰੇ ਫਿਰ ਵੜਦੇ ਹਾਂ ਕਣਕ ਅਤੇ ਇੱਧਰ ਬੰਗਾ ਲਾਉਣ ਲੱਗ ਰਿਹਾ ਟਰਾਲੀ 'ਤੇ ਅਤੇ ਫਿਰ ਕੀ ਕਣਕ ਦੀ ਫਿਰ ਬੁਲੰਦਾ ਨਹੀਂ ਮੈਂ ਡਰ ਰਹਿੰਦਾ ਹੈਗਾ ਇਹ ਸਿਮਰ ਹੋਰ ਖੜੇ ਨੇਗੇ ਜੇ ਮੈਂ ਦਿਖਾਉਣ ਸੀ ਕਿ ਉਹ ਜਿਹੜਾ ਮਾਮਾ ਉਹ ਇਹਦਾ ਡੈਡੀ ਹੈਗਾ ਅਤੇ ਉੱਧਰ ਗਾਗਨ ਖੜਿਆ ਹੈਗਾ ਉਹ ਕਹਿੰਦਾ ਮੈਂ ਬਲੌਗ 'ਚ ਆਉਂਦਾ ਨਹੀਂ ਸੰਗ ਲੱਗਦੀ ਹੈਗੀ ਚੱਲ ਅੱਗੇ ਉਹਨੂੰ ਲੈ ਕੇ ਆਵਾਂਗੇ ਮਨਾਵਾਂਗੇ ਆਪਾਂ ਲੋਕ ਸਾਡੇ ਬਾਰੇ ਕੀ ਆ ਸੋਚਦੇ ਸਾਨੂੰ ਭੋਰਾ ਪੈਂਦਾ ਨਾ ਫਰਕ ਜਿੱਥੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਆਪਣੇ ਬਾਰੇ ਕੁਛ ਵੀ ਬੋਲਦਾ ਰਹੇ ਅਤੇ ਆਪਣੀਆਂ ਹੁਣ ਟਰਾਲੀਆਂ ਵਾਲਿਆਂ ਦੀ ਅਸੀਂ ਕਰੇ ਹੁਣ ਆਪਾਂ ਲੱਗ ਰਿਹਾ ਕਣਕ ਲਾਉਣ ਅਤੇ 2 ਟਰਾਲੀਆਂ ਆਪਣੀਆਂ ਅਤੇ ਲਹਿਰੇ ਭੇਜਤੀਆਂ ਠੰਡਾ ਕਰਨੇ ਅਤੇ ਲਾਡੀ ਹੋਰ ਟਰਾਲੀ ਉੱਤੇ ਚੜ ਰਹੇ ਨੇਗੇ ਕਣਕ ਲਾਉਣ ਲੱਗ ਰਹੇ ਨੇ ਆਹ ਤੁਹਾਨੂੰ ਲੱਗ ਰਹੇ ਨੇਗੇ ਦੋਨੇ ਸਿਮਰਾ ਵੀ ਹੈਗਾ ਗਾਗਣ ਗਾਗਣ ਥੋੜ੍ਹਾ ਬਿਮਾਰ ਹੈਗਾ ਇਹ ਤਾਂ ਕਰਕੇ ਨਹੀਂ ਉਹ ਕਰਦਾ ਹੈਗਾ ਤੇ ਨੌਜਵਾਨ ਪੂਰੇ ਕਰ ਰਹੇ ਨੇ ਕਹਿੰਦੇ ਮਿੰਟੋ ਮਿੰਟ ਹੀ ਲਾ ਦਾਂਗੇ ਬਾਅਦ ਤੋਂ ਇਹਨਾਂ ਨੂੰ ਕੋਕੋ ਕੋਲਾ ਮਿਲੂਗਾ ਜੀ ਤੁਹਾਨੂੰ ਨਿਆਮ 'ਚ ਜੇ ਕੋਕੋ ਕੋਲਾ ਪਿੱਛੇ ਪੂਰੇ ਲੱਗ ਰਹੇ ਨੇ ਇਹ ਕੀ ਹੈ ਕੋਕੋ ਨਾਲ ਭੂਜੇ ਦਾ ਬੈਠਕਾ ਤੇ ਸਿਮਰੇ ਨੇ ਡਿਮਾਂਡ ਕਰੀ ਹੈ ਕਹਿੰਦੇ ਨਾਲ ਭੂਜੇ ਦਾ ਬੈਠਕਾ ਤੇ ਤੁਸੀਂ ਪਹਿਲਾਂ ਕਰੋ ਕਿੱਥੇ ਹੋਈ ਆ ਹਜੇ ਉਹ ਸਾਰੀ ਤਾਂ ਪਈ ਆ ਦਿਖਣ ਲੱਗ ਰਹੀ ਹੈ ਚ ਦਮ ਚੜ ਗਿਆ ਬਈ ਸਿਮਰੇ ਦਾ ਹਾਂ ਉਈ ਕਰੀ ਜਾਂਦਾ ਹੈ ਨਾ ਬਾਬਾ ਵੀਡੀਓ ਬਣ ਰਹੀ ਹੈ ਤਾਂ ਕਹਿ ਰਹੇ ਨੇਗੇ ਸਹੀ ਉਹ ਜਿਹੜੀਆਂ 2 ਟਰਾਲੀਆਂ ਗਈਆਂ ਸੀ ਉਹ ਵੀ ਆ ਗਈਆਂ ਹੁਣ ਅਤੇ ਕਣਕ ਲਾਉਣ ਲੱਗ ਰਹੇ ਸੀਗੇ ਕਣਕ ਵੀ ਲਾ ਤੀ ਆਪਾਂ ਨੇ ਅਤੇ ਇੱਧਰ ਪਈ ਆ ਜਿਹੜੀ ਕਣਕ ਲਾਈ ਸੀ ਉਹ ਅੰਦਰ ਪਈ ਹੈਗੀ ਅਤੇ ਹੁਣ ਇੱਧਰ ਮਾਮੇ ਹੋਰ ਅਤੇ ਲਾਡੀ ਸਾਰੇ ਜਾਲ ਕਸਣ ਲੱਗ ਰਹੇ ਨੇਗੇ ਉਹ ਟਰਾਲੀ 'ਤੇ ਅਤੇ ਜਾਲ 'ਚੋਂ ਕੋਈ ਮਹਿੰਗਾ ਜਿਹਾ ਹੋ ਗਿਆ ਲੱਗ ਰਹੇ ਨੇ ਖੱਪ ਪਏ ਨੇ ਅਤੇ ਹੁਣ ਆਪਾਂ ਵੀ ਨਾਲ ਲੱਗਦੇ ਉਹਨਾਂ ਦੇ ਅਤੇ ਜਾਲ ਚਸਾ ਕੇ ਅਤੇ
ਫਿਰ ਅੱਜ ਤੂੜੀ ਵਾਲੀ ਮਸ਼ੀਨ ਚਲਾ ਦਈਏ ਤੇ ਆਪਾਂ ਵਰਕਸ਼ਾਪ 'ਚ ਖੜੇ ਸੀ ਹੁਣ ਉਹ ਜਾਲ ਤਾਂ ਕੱਸਦੇ ਸੀਗੇ ਪਰ ਜਿਹੜੀ ਉਹ ਟਰਾਲੀ ਦੇ ਪਿੱਛੇ ਤੂੜੀ ਪੈਣ ਵਾਸਤੇ ਉਹ ਲੱਗਦੀ ਹੁੰਦੀ ਹੈਗੀ ਜਾਲੀ ਉਹ ਅੜ ਰਹੀ ਰਹੀ ਆ ਸਮਾਰ ਕੇ ਲੱਗ ਨਹੀਂ ਰਹੀ ਹੈਗੀ ਤਾਂ ਅਸੀਂ ਵਰਕਸ਼ਾਪ 'ਚ ਖੜੇ ਹਾਂਗੇ ਇੱਥੇ ਵਰਕਸ਼ਾਪ ਇੱਧਰ ਇੱਥੇ ਖੜਕਾ ਹੋਈ ਜਾਂਦਾ ਮੈਂ ਥੋੜ੍ਹਾ ਜਿਹਾ ਇੱਧਰ ਆ ਗਿਆ ਸੀ ਉੱਥੇ ਇੰਜਨ ਚੱਲ ਰਿਹਾ ਹੈਗਾ ਇੰਜਨ ਚੱਲ ਰਿਹਾ ਇੱਕ ਤਾਂ ਅਸੀਂ ਇੱਧਰ ਆ ਕੇ ਬਣਾਉਣ ਲੱਗ ਗਿਆ ਤੂੜੀ ਵਾਲੀ ਮਸ਼ੀਨ ਅਤੇ ਇੱਕ ਟਰਾਲੀ ਤਾਂ ਖੇਤ ਵੱਗ ਗਈ ਅਤੇ ਆਪਾਂ ਇੱਥੇ ਇਹਨੂੰ ਠੀਕ ਕਰਾ ਕੇ ਫਿਰ ਚੱਲਦੇ ਹਾਂਗੇ ਖੇਤ ਅਤੇ ਕਰਦੇ ਉੱਥੇ ਤੂੜੀ ਅਤੇ ਫਿਰ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਜੀ ਆਪਾਂ ਇੱਥੇ ਕਰਦੇ ਹਾਂ ਐਂਡ ਅਤੇ ਸਾਰਿਆਂ ਨੂੰ ਪਿਆਰ ਤੋਂ ਜੀ ਸਤਿ ਸ਼੍ਰੀ ਅਕਾਲ ਜਾਂਦੇ ਜਾਂਦੇ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਕਰ ਦਿਓ ਕਮੈਂਟ ਅਤੇ ਹੋਰ ਜਣਿਆਂ ਨੂੰ ਸ਼ੇਅਰ ਵੀ ਕਰ ਦਿਓ ਜੀ ਚੱਲ ਠੀਕ ਹੈ ਜੀ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।